ਤੂੰ ਇੱਥੇ ਕਿਵੇਂ? ਮੈਂ ਤੇਰੇ ਲਈ ਆਇਆ। ਕਿਉਂ, ਮੇਰੇ ਵਾਸਤੇ ਕਿਉਂ ਆਇਆ? ਅੱਜ ਜਿਹੜੀਆਂ ਤੈਨੂੰ ਛਾਤੀ 'ਚ ਦਰਦ ਹੋ ਰਹੀ ਹੈ ਨਾ, ਤੈਨੂੰ ਸਾਹ ਚੜ੍ਹ ਰਿਹਾ, ਤੈਨੂੰ ਖਾਣ ਲੱਗਿਆਂ ਜਲਨ ਹੁੰਦੀ ਹੈ, ਤੈਨੂੰ ਨਹਾਉਣ ਲੱਗਿਆਂ ਤੇਰੇ ਦਰਦ ਹੁੰਦੀ ਹੈ, ਇੱਥੇ ਹੋ ਸਕਦਾ ਤੈਨੂੰ ਹਾਰਟ ਅਟੈਕ ਵੀ ਹੋਵੇ। ਹਾਂ, ਮੈਨੂੰ ਪਤਾ ਮੈਨੂੰ ਹਾਰਟ ਦੀ ਤਕਲੀਫ ਹੈ, ਪਰ ਮੈਂ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦਾ ਕਿਉਂਕਿ ਮੈਨੂੰ ਆਪਰੇਸ਼ਨ ਤੋਂ ਡਰ ਲੱਗਦਾ। ਲੈ, ਤੈਨੂੰ ਕਿਹਨੇ ਕਿਹਾ ਕਿ ਦਿਲ ਦਾ ਆਪਰੇਸ਼ਨ ਹੀ ਹੁੰਦਾ, ਹੋਰ ਕੋਈ ਇਲਾਜ ਨਹੀਂ ਹੈਗਾ? ਫਿਰ ਬਿਨਾਂ ਆਪਰੇਸ਼ਨ ਤੋਂ ਮੇਰੇ ਦਿਲ ਦਾ ਇਲਾਜ ਕਿਵੇਂ ਹੋਏਗਾ? ਸਿਬੀਆ ਮੈਡੀਕਲ ਸੈਂਟਰ ਦੇ ਵਿੱਚ ਬਿਨਾਂ ਆਪਰੇਸ਼ਨ ਤੋਂ ACT, ECP ਅਤੇ ESMR ਜੋ ਕਿ ਬਿਨਾਂ ਆਪਰੇਸ਼ਨ ਤੋਂ ਦਿਲ ਦਾ ਇਲਾਜ ਕਰਦੇ ਨੇ। ਤੁਸੀਂ ਸਿਬੀਆ ਮੈਡੀਕਲ ਸੈਂਟਰ ਵਿੱਚ ਜਾਓ ਅਤੇ ਉੱਥੋਂ ਇਲਾਜ ਕਰਵਾਓ। ਠੀਕ ਹੈ, ਮੈਂ ਅੱਜ ਹੀ ਸਿਬੀਆ ਮੈਡੀਕਲ ਸੈਂਟਰ ਜਾਵਾਂਗਾ ਅਤੇ ਆਪਣੇ ਹਾਰਟ ਦਾ ਚੈੱਕਅਪ ਕਰਵਾ ਕੇ ਉੱਥੋਂ ਇਲਾਜ ਸ਼ੁਰੂ ਕਰਵਾਵਾਂਗਾ। ਜੇਕਰ ਤੁਹਾਡੇ ਵੀ ਪਰਿਵਾਰ ਵਿੱਚ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ, ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦਾ, ਬਾਈਪਾਸ ਨਹੀਂ ਕਰਵਾਉਣਾ ਚਾਹੁੰਦਾ, ਸਟੰਟਿੰਗ ਨਹੀਂ ਕਰਵਾਉਣਾ ਚਾਹੁੰਦਾ ਜਾਂ ਹੋ ਨਹੀਂ ਸਕਦੀ, ਤਾਂ ਤੁਸੀਂ ਵੀ ਇੱਕ ਵਾਰੀ ਸਿਬੀਆ ਮੈਡੀਕਲ ਸੈਂਟਰ ਸਿਵਲ ਲਾਈਨ ਲੁਧਿਆਣਾ ਦੇ ਵਿੱਚ ਆਪਣਾ ਚੈੱਕਅਪ ਜ਼ਰੂਰ ਕਰਾਓ। ਵਧੇਰੇ ਜਾਣਕਾਰੀ ਲਈ ਸਾਡੇ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰੋ। ਥੈਂਕ ਯੂ।